ਸਤਿ ਸ਼੍ਰੀ ਅਕਾਲ ਦੋਸਤੋ, ਅਗਲਾ ਕੁਐਸਚਨ ਸਾਡੇ ਕੋਲ 6th 13 ਪੁਆਇੰਟ 2 ਐਕਸਰਸਾਈਜ਼ ਦਾ ਕਹਿੰਦਾ, ਉਚਾਈ 220 ਸੈਂਟੀਮੀਟਰ ਅਤੇ ਅਰਧ ਵਿਆਸ 24 ਸੈਂਟੀਮੀਟਰ ਵਾਲੇ ਇੱਕ ਵੇਲਣ ਜਿਸ ਦੀ ਉਚਾਈ 60 ਸੈਂਟੀਮੀਟਰ ਅਤੇ ਅਰਧ ਵਿਆਸ 8 ਸੈਂਟੀਮੀਟਰ ਵਾਲਾ ਇੱਕ ਹੋਰ ਵੇਲਣ ਰੱਖਿਆ ਹੋਇਆ ਹੈ, ਨਾਲ ਲੋਹੇ ਦਾ ਇੱਕ ਖੰਭਾ ਬਣਾਇਆ ਗਿਆ ਹੈ। ਪਹਿਲਾਂ ਕੀ ਕੀਤਾ ਇਹਨਾਂ ਨੇ, ਇੱਕ ਵੇਲਣ ਲਿਆ, ਕਲੀਅਰ ਚੀਜ਼, ਵੇਲਣ ਦੇ ਉੱਤੇ ਕੀ ਰੱਖਿਆ, ਵੇਲਣ ਦੀ ਉਚਾਈ ਕਿੰਨੀ, ਇਹਦੇ 'ਚ ਉਚਾਈ ਕਿੰਨੀ ਦਿੱਤੀ ਇਹਦੀ ਵੇਲਣ ਦੀ, 220। ਅਰਧ ਵਿਆਸ ਕਿਹੜਾ ਦਿੱਤਾ, 24। ਨਾਲ ਹੀ ਲੋਹੇ ਦਾ ਇੱਕ ਖੰਭਾ ਬਣਾਇਆ ਗਿਆ, ਕੀ ਰੱਖ ਕੇ, ਇੱਕ ਹੋਰ ਵੇਲਣ ਰੱਖ ਕੇ ਜਿਹਦੀ ਉਚਾਈ ਕਿੰਨੀ ਹੈ ਮੇਰੇ ਕੋਲ, ਇਹਦੇ ਉੱਪਰ ਰੱਖਿਆ ਸੀ, ਇਹਦੀ ਉਚਾਈ ਕਿੰਨੀ ਹੈ ਮੇਰੇ ਕੋਲ, 60 ਸੈਂਟੀਮੀਟਰ, ਅਤੇ ਅਰਧ ਵਿਆਸ ਕਿੰਨਾ ਦਾ, 8 ਸੈਂਟੀਮੀਟਰ। ਨਾਲ ਹੀ ਲੋਹੇ ਦਾ ਖੰਭਾ ਬਣਾਇਆ ਗਿਆ, ਕਹਿੰਦਾ ਇਸ ਖੰਭੇ ਦਾ ਦ੍ਰਵਮਾਨ ਭਾਰ ਪਤਾ ਕਰਨਾ, ਅਸੀਂ ਕੀ ਪਤਾ ਕਰਨਾ, ਭਾਰ ਪਤਾ ਕਰੋ, ਜਦੋਂ ਕਿ ਦਿੱਤਾ ਹੈ 1 ਸੈਂਟੀਮੀਟਰ ਕਿਊਬ ਲੋਹੇ ਦਾ ਦ੍ਰਵਮਾਨ 8 ਗ੍ਰਾਮ ਹੁੰਦਾ ਹੈ। ਠੀਕ ਹੈ, ਇਹਦੇ 'ਚ ਕੀ ਮਤਲਬ ਗੱਲ ਬਣੀ ਹੈ ਕਿ ਕਹਿੰਦਾ 1 ਸੈਂਟੀਮੀਟਰ ਕਿਊਬ ਕਿਹਦੇ ਕੋਲ ਹੈ, 8 ਗ੍ਰਾਮ ਦੇ ਕੋਲ ਹੈ, ਕਲੀਅਰ ਹੈ, ਇਹਦਾ 1 ਸੈਂਟੀਮੀਟਰ ਕਿਊਬ ਤੋਂ ਜ਼ਿਆਦਾ ਹੀ ਹੈ। ਜੇ ਇਹ 2 ਸੈਂਟੀਮੀਟਰ ਕਿਊਬ ਹੁੰਦਾ ਤਾਂ ਕਿੰਨਾ ਹੁੰਦਾ, ਇਹ 16 ਗ੍ਰਾਮ ਹੁੰਦਾ ਹੈ। ਦੈਟ ਮੀਨਸ ਇਹਦੀ ਕੋਈ ਵੈਲਿਊ ਨਿਕਲੇਗੀ ਸਾਡੇ ਕੋਲ ਕੁਛ ਕਿਲੋਗ੍ਰਾਮ ਤੋਂ ਹੋਏਗਾ। ਮੰਨ ਲਓ ਕਿੰਨੇ ਕਿਲੋਗ੍ਰਾਮ ਆ ਜਾਂਦਾ, ਇਹਦਾ ਆਂਸਰ ਆ ਜਾਂਦਾ ਸਾਡੇ ਕੋਲ 1000 ਕਿਲੋਗ੍ਰਾਮ, ਦੋਨਾਂ ਦਾ ਮਿਲਾ ਕੇ, ਇਹਦਾ ਆਇਤਨ ਮਿਲਾ ਕੇ, ਸੋਰੀ, ਇਹਦਾ ਆਇਤਨ ਮਿਲਾ ਕੇ ਪਲੱਸ ਇਹਦਾ ਆਇਤਨ ਮਿਲਾ ਕੇ, ਇਹ ਦੋਨਾਂ ਦਾ ਆਇਤਨ ਮਿਲਾ ਕੇ ਮੇਰੇ ਕੋਲ ਕਿੰਨਾ ਜਾਂਦਾ, 1000 ਸੈਂਟੀਮੀਟਰ ਕਿਊਬ ਆ ਜਾਂਦਾ। ਤਾਂ 1 ਸੈਂਟੀਮੀਟਰ ਕਿਹਦੇ ਇਕੁਅਲ ਹੈ, 8 ਗ੍ਰਾਮ ਦੇ, ਅਤੇ 1000 ਸੈਂਟੀਮੀਟਰ ਕਿਊਬ 8000 ਗ੍ਰਾਮ ਦੇ ਬਰਾਬਰ ਹੋ ਜਾਏਗਾ। ਠੀਕ ਹੈ ਜੀ, ਇਹੀ ਚੀਜ਼ ਨੂੰ ਪਤਾ ਕਰਨਾ ਚਾਹੁੰਦੇ ਹਾਂ, ਤਾਂ ਕੁਐਸਚਨ ਨੂੰ ਦੁਬਾਰਾ ਦੇਖਦੇ ਹਾਂ, ਬਣਾ ਕੇ ਸਾਡੇ ਕੋਲ ਕੀ ਚੀਜ਼ ਹੈਗੀ ਆ। ਸਭ ਤੋਂ ਪਹਿਲਾਂ ਕੀ ਕਹਿੰਦਾ ਸਾਡੇ ਕੋਲ, ਇੱਕ ਇਹ ਸਾਡੇ ਕੋਲ ਇੱਕ, ਇਹਨਾਂ ਨੇ ਇੱਕ ਵੱਡਾ ਖੰਭਾ ਲਿਆ ਜਿਹਦੀ ਹਾਈਟ ਕਿੰਨੀ ਰੱਖੀ ਆ, 220 ਸੈਂਟੀਮੀਟਰ। ਠੀਕ ਹੈ ਜੀ, ਅਤੇ ਇਹਦਾ ਰੇਡੀਅਸ ਕਿੰਨਾ ਸੀ ਮੇਰੇ ਕੋਲ, ਰੇਡੀਅਸ ਹੈ ਕਿ ਅਰਧ ਵਿਆਸ ਹੈ, ਦੇਖ ਲੈਂਦੇ ਹਾਂ ਇੱਕ ਵਾਰੀ ਕੁਐਸਚਨ 'ਚ। ਆਧਾਰ ਅਤੇ ਇਸਦੇ, ਸੋਰੀ, ਆਧਾਰ ਹੈ, ਆਧਾਰ ਵਿਆਸ 24 ਸੈਂਟੀਮੀਟਰ ਹੈ, ਅਤੇ ਦੂਜਾ ਵੀ ਕੀ ਹੈ, ਦੂਜਾ ਤਾਂ ਅਰਧ ਵਿਆਸ ਹੈ, 8 ਸੈਂਟੀਮੀਟਰ, ਇਹਦਾ ਆਧਾਰ ਦਾ ਵਿਆਸ ਹੈ, ਅਰਧ ਵਿਆਸ ਨਹੀਂ ਹੈਗਾ ਇਹ, ਸੋਰੀ, ਆਧਾਰ ਵਿਆਸ, ਆਧਾਰ ਵਿਆਸ ਕਿੰਨਾ ਮੇਰੇ ਕੋਲ, 24 ਸੈਂਟੀਮੀਟਰ। ਤਾਂ ਇਹ ਮੈਨੂੰ ਵਿਆਸ ਗਿਵਨ ਹੈ, ਇਹ ਵਿਆਸ ਕਿੰਨਾ ਗਿਵਨ ਹੈ ਇਹਦਾ, 24 ਸੈਂਟੀਮੀਟਰ। ਤਾਂ ਇਹਦਾ ਅਰਧ ਵਿਆਸ ਕਿੰਨਾ ਗਿਆ ਮੇਰੇ ਕੋਲ, 12 ਸੈਂਟੀਮੀਟਰ। ਦੂਜਾ ਫਿਰ ਇਹਨਾਂ ਨੇ ਕੀ ਕੀਤਾ, ਇੱਕ ਹੋਰ ਕੀ ਕੀਤਾ, ਇਹਦੇ ਉੱਤੇ ਕੀ ਰੱਖਤਾ, ਇੱਕ ਹੋਰ ਵੇਲਣ ਰੱਖਤਾ। ਪਰ ਇਹਦੀ ਉਚਾਈ ਕਿੰਨੀ ਦਿੱਤੀ ਹੈ ਮੈਨੂੰ, ਇਹਦੀ ਉਚਾਈ ਦਿੱਤੀ ਹੈ ਮੈਨੂੰ 60 ਸੈਂਟੀਮੀਟਰ, ਅਤੇ ਇਹਦਾ ਅਰਧ ਵਿਆਸ ਹੀ ਗਿਵਨ ਹੈ, ਇਹਦਾ ਅਰਧ ਵਿਆਸ ਕਿੰਨਾ ਗਿਵਨ ਹੈ ਮੈਨੂੰ, 8 ਸੈਂਟੀਮੀਟਰ। ਕਲੀਅਰ ਚੀਜ਼, ਦੋਨਾਂ ਦਾ ਆਇਤਨ ਪਤਾ ਕਰਨਾ, ਤਾਂ ਕੁਛ ਨਹੀਂ ਕਰਨਾ, ਜੋ ਇਹਦਾ ਆਇਤਨ ਹੈ ਪਲੱਸ ਜੋ ਇਹਦਾ ਆਇਤਨ ਹੈ। ਠੀਕ ਹੈ ਜੀ, ਤਾਂ ਵੇਲਣ ਦੇ ਆਇਤਨ ਨੇ, ਤਾਂ ਕੁਐਸਚਨ ਨੂੰ ਸੋਲਵ ਕਰਨ ਲਈ ਕਿੱਦਾਂ ਕਰਾਂਗੇ ਅਸੀਂ, ਇਹ ਮੇਰੇ ਕੋਲ ਕੀ ਹੈ, 13.2 ਦਾ ਮੇਰੇ ਕੋਲ ਕੀ ਹੈ, 6th ਕੁਐਸਚਨ ਹੈ। ਤਾਂ ਸਭ ਤੋਂ ਪਹਿਲੀ ਗੱਲ ਕੀ ਹੈ, ਵੱਡੇ ਵੇਲਣ ਦਾ ਨਾ, ਜਿਹੜਾ ਵੱਡਾ ਵੇਲਣ, ਵੱਡੇ ਵੇਲਣ ਦਾ ਵਿਆਸ ਸਾਡੇ ਕੋਲ ਕਿੰਨਾ ਹੈ, 24 ਸੈਂਟੀਮੀਟਰ, ਅਤੇ ਉਹਦਾ ਅਰਧ ਵਿਆਸ ਕਿੰਨਾ ਹੋ ਜਾਏਗਾ, 12 ਸੈਂਟੀਮੀਟਰ। ਠੀਕ ਹੈ ਜੀ, ਵੱਡੇ ਵੇਲਣ ਦੀ ਉਚਾਈ ਵੀਹ ਸੈਂਟੀਮੀਟਰ, ਠੀਕ ਜੀ, ਅਤੇ ਫਿਰ ਛੋਟੇ ਵੇਲਣ ਦੀ ਉਚਾਈ 60 ਸੈਂਟੀਮੀਟਰ। ਛੋਟੇ ਵੇਲਣ ਦਾ ਅਰਧ ਵਿਆਸ 8 ਸੈਂਟੀਮੀਟਰ, ਕਲੀਅਰ ਚੀਜ਼ ਹੈ, ਛੋਟੇ ਵੇਲਣ ਦਾ ਵਿਆਸ ਕਿੰਨਾ ਤੁਹਾਡੇ ਕੋਲ, 8 ਸੈਂਟੀਮੀਟਰ ਜਾਏਗਾ। ਠੋਸ ਦਾ ਆਇਤਨ ਕਿੰਨਾ ਬਣ ਜਾਏਗਾ ਮੇਰੇ ਕੋਲ, ਦੋਨੋਂ ਨੂੰ ਐਡ ਕਰਕੇ, ਠੋਸ ਦਾ ਆਇਤਨ ਉਹ ਮੇਰੇ ਕੋਲ ਕਿੰਨਾ ਜਾਏਗਾ, ਵੱਡੇ ਵੇਲਣ ਦਾ ਆਇਤਨ ਪਲੱਸ ਛੋਟੇ ਵੇਲਣ ਦਾ ਆਇਤਨ, ਕਲੀਅਰ ਚੀਜ਼, ਉਹ ਮੇਰੇ ਕੋਲ ਕਿੰਨਾ ਹੋ ਜਾਏਗਾ, ਪਾਈ ਆਰ ਸਕੇਅਰ ਆਰ ਵਨ ਐਚ ਵਨ। ਇਹਦੇ ਵਿੱਚ ਆਰ ਵਨ ਕਿਉਂ ਯੂਜ਼ ਕੀਤਾ, ਰੇਡੀਅਸ ਵੱਡੇ ਵਾਲੇ ਦਾ ਅਤੇ ਹਾਈਟ ਵੱਡੇ ਵਾਲੇ ਦੀ, ਪਾਈ ਆਰ ਟੂ ਦਾ ਸਕੇਅਰ ਪਲੱਸ ਸੋਰੀ ਐਚ ਟੂ ਦਾ ਐਚ ਟੂ ਤਾਂ ਸਕੇਅਰ ਤਾਂ ਦਾਣਾ ਨਾ। ਤਾਂ ਇਹ ਪਹਿਲੇ ਰੇਡੀਅਸ ਦੀ ਗੱਲ ਕਰਦਾ ਪਿਆ, ਇਹ ਪਹਿਲੀ ਹਾਈਟ ਦੀ ਗੱਲ ਕਰਦਾ, ਇਹ ਦੂਜੀ ਰੇਡੀਅਸ ਦੀ ਗੱਲ ਕਰਦਾ ਅਤੇ ਦੂਜੀ ਹਾਈਟ ਦੀ ਗੱਲ ਕਰਦਾ। ਕਲੀਅਰ ਚੀਜ਼ ਹੈ, ਤੁਸੀਂ ਐਚ ਵਨ ਐਚ ਟੂ ਜਿਹਨੂੰ ਮਰਜ਼ੀ ਲੈ ਸਕਦੇ ਹੋ, ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ। ਵੱਡੇ ਬਿੱਲ ਨੂੰ ਲਿਖਿਆ ਤਾਂ ਵੱਡੇ ਬਿੱਲ ਲਈ ਲੈ ਸਕਦੇ ਹੋ, ਛੋਟੇ ਨੂੰ ਲਿਖਿਆ ਤਾਂ ਛੋਟੇ ਲਈ ਲੈ ਸਕਦੇ ਹੋ, ਇਹਦੇ 'ਚ ਕੋਈ ਇੱਦਾਂ ਉਹ ਨਹੀਂ ਹੁੰਦਾ ਕਿ ਵੱਡਾ ਵੱਡਾ ਅਸੀਂ ਆਰ ਵਨ ਲੈਣਾ ਜਾਂ ਛੋਟਾ ਅਸੀਂ ਆਰ ਵਨ ਲੈਣਾ। ਠੀਕ ਹੈ, ਕਿਉਂਕਿ ਵੇਰੀਏਬਲਸ ਨੇ, ਅਚਲ ਨੇ, ਵੈਲਿਊ ਹੈ, ਕੋਈ ਵੀ ਲਿਆ ਜਾ ਸਕਦੀਆਂ ਨੇ। ਕਲੀਅਰ ਹੈ, ਇਹਨਾਂ ਦੇ ਵਿੱਚੋਂ ਸਿਰਫ ਪਾਈ ਕਾਮਨ ਆਉਂਦੀ ਆ, ਪਾਈ ਨੂੰ ਅਸੀਂ ਬਾਹਰ ਕੱਢ ਲੈਂਦੇ ਹਾਂ, ਕਲੀਅਰ ਚੀਜ਼। ਤਾਂ ਸਿਰਫ ਕੀ ਕਾਮਨ ਆਉਂਦਾ ਸਾਡੇ ਕੋਲ, ਇਹ ਪਾਈ ਕਾਮਨ ਆਉਂਦਾ, ਇਹ ਸਾਡੇ ਕੋਲ ਪਾਈ ਆਰ ਵਨ ਸਕੇਅਰ ਐਚ ਵਨ ਪਲੱਸ ਆਰ ਟੂ ਸਕੇਅਰ ਐਚ ਟੂ। ਤਾਂ ਪਾਈ ਮੇਰੇ ਕੋਲ ਕਿੰਨਾ ਬਣ ਜਾਏਗਾ,
पाई नूं मैं पाई रख लैना, क्वेश्चन दे विच मैं देख लैना, इहनें किहा वी पाई किन्नी लैणी है मैनूं, 3.14 लैण नूं किहा गया, तां पाई मैनूं 3.14 लैणी पैणी आ, तां पाई मैं लै लई इहदे विच, तां मेरे कोल किन्ना गया आर वन किन्ना गया, मेरे कोल 12 स्केयर गुणा हाइट मेरे कोल किन्नी हैगी 220 प्लस आर टू मेरे कोल किन्ना आ गया 8 स्केयर, तो हाइट मेरे कोल किन्नी हैगी 60 हैगी। ठीक है, तो पाई मैं लिख लैना पाई नूं, भावें पाई की बाद चो वैल्यू पुट कर दिओ, तो बारो बारी आ 144 गुणा 220 88 64 गुणा 60। क्लीयर चीज़ है, तो उस तो बाद पाई की वैल्यू किन्नी हैगी मेरे कोल 3.14 लिख लैना इतने गुणा, इनू सॉल्व करके देख लें मेरे को कितना आ जाएगा। इस तुम कॉमन करना चाहते हो कॉमन कर सकते हो वैल्यूज़ नू, है ना, देख लो जिवें 12 ते जांदा है, कोई होर किस टेबल ते जांदे होण तां उस जिस टेबल ते जांदे ने उस टेबल दे नाल तुसीं की कर सकते हो चीज़ वैल्यू नू कॉमन कढ सकते हो, बाहर लै सकते हो वैल्यूज़ नू, नहीं लैनी है तां सारियां नू मल्टीप्लाई करके सारियां नू सॉल्व करके गुणा कर लो। देखो बहुत इहदी कैलकुलेशन की हो जानी है, बहुत वड्डी हो जानी है, इहदी कैलकुलेशन की हो जानी है, बहुत वड्डी आ जानी है जे आपां इहनू करांगे इस तरीके नाल करांगे। ठीक है जी, तो ये इन गुणा करके सॉल्व कर लेंगे, 144 नूं 220 नाल गुणा कर लो, तुसीं इहनूं कॉमन लैके कोई नंबर तुहानूं लगदा कॉमन लैणा है तां कॉमन लैके भी कर सकते हो, पूरी कैलकुलेशन करके करना है तां पूरी कैलकुलेशन करके लैके भी कर सकते हो, इहदे कोई प्रॉब्लम नहीं हैगी इहदे विच। ठीक है जी, तो पहला मेरे को वैल्यू की है 144, दूजी मेरे को 220, इहनूं गुणा करूँगा मेरे को कितना जगह है 31680 प्लस दूजा मेरे को 64 गुणा 60 है ना, 64 ते मैं किनू करूँगा 60 नूं गुणा करूँगा, मेरे को कितना जाएगा 3840, 3840 दे विच मैं जमा कर दूँगा किनू 31680 नूं, इह मेरे को कितना जाएगा 3.14 गुणा इह कितना जाएगा 35520। इहदा 100 कन्वर्ट करना, तुसीं 100 नूं की कर सकते हो बाद चों इहनूं कन्वर्ट भी कर सकते हो। ठीक है, तां इहदी वैल्यूज़ नूं कटिंग करके देख लियो, जे ये छोटिया कॉमन कट के वैल्यू कोई क्ढनी चाहते हो तो कॉमन कट के भी वैल्यू कर सकते सके। ठीक है जी, तो यू इनू सारे सॉल्व करके मेरे को इक्वल आ जाएगा, ये मेरे को आ जाएगा 111532.8 सेंटीमीटर क्यूब। ठीक है जी, वो हूँ की कहता है, कहता भी एक सेंटीमीटर जोड़ा क्यूब है, एक सेंटीमीटर क्यूब जोड़ा लोहे का भार है, भार यह वॉल्यूम है, ये आयतन है, एक सेंटीमीटर क्यूब जो आयतन है वह एक इक्वल है 8 ग्राम के इक्वल है, एक सेंटीमीटर क्यूब जो 8 ग्राम के इक्वल है तो आ कितने ग्राम के इक्वल है, इन्होंने गुणा कर दो, एक 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 5.32.8 गुणा 8 इज इक्वल टू, यह सॉल्व करके मेरे को इक्वल आ जाएगा 8992262.4 ग्राम। ठीक है जी, तो सीधा ग्राम लिख दिए पंजाबी ग्राम। क्लीयर चीज़ है, हूँ इनू आंसर नू किहदे विच लभना है, आंसर नू किहदे विच लभना है, तो इन्हें मैंने इत्थे कुछ कहा नहीं होया भी किहदे विच लभो, है ना, इन असीं किहदे विच कन्वर्ट कर लैने आ, कन्वर्ट करना चाहते तुसीं इहनू, इह तां मेरे कोल ग्राम च आ गया, तुसीं इहनू किलोग्राम दे विच भी कन्वर्ट कर सकते हो, तो किलोग्राम च कन्वर्ट करना तैनूं कर दिओ 1000 दे नाल डिवाइड कर दो, देखो एक पॉइंट इत्थे लग्गिया सी 1 2 3 4, तो पॉइंट खिस कितने आ जाएगा मेरे को अगे आ जाएगा ना, तो 1 2 3 पॉइंट खिसक जाएगा, 1 2 3 तो पॉइंट खिसक जाएगा, इतने नहीं आएगा 3 पॉइंट खिसक जाएगा, मेरे को कितना बन जाएगा 892.26 किलोग्राम। क्लीयर चीज़, तो यह जी यूनिट अभी कन्वर्ट करते हो कि कन्वर्ट करते हैं, अपने दिमाग एक गल रखो, देखो 1 रुपीज़ नो किन्ने पैसे होंगे 100 पैसे होंगे ना, रुपीज़ कौन है वड्डा है, एक भी लिखो इतने लिख लो, इतने भी लिखो, इतने की लिखा है रुपीज़, जो रुपीज़ है इन्हें मैं किस कन्वर्ट करना पैसे च कन्वर्ट करना, रुपीज़ में किस कन्वर्ट करना पैसे च, रुपीज़ का नाम की बनाना पैसे नाम बनाना है, जो रुपीज़ का नाम पैसे बनाना है तो यह की करना पैंता 100 के गुणा करना पैंता, सानू एक कि गुणा कर दो, ये वाले एक जो तुम 100 के गुणा कर देने हो तो ऑटोमैटिकली जो रुपीज़ का नाम है किस बन जाएगा, वो पैसे च बन जाता, तो मेरे को बन जाता है 100 पैसे, तो जो वड्डी यूनिट तो छोटे बनते हैं, वड्डी यूनिट तो कि जाने तो छोटे जाने सानू की करना पैंता है गुणा करना पैंता, जो सोच के रख लो जदों जे तुसीं छोटे जे तुसीं छोटे होकर चलेंगे नीवें होकर चलेंगे ना वैल्यू घटेगी तुहाडी, तो लोग तुहाडी वैल्यू तुसीं नीवें होकर चलेंगे तुहाडी वैल्यू की हो जाएगी वध जाएगी, वैल्यू की हो जाएगी वध जाएगी, मतलब इहदे विच की बन गया 100 बन गया, रुपीज़ तो मैं पैसे च जाना तो मैं की हो जाना किन्नी वैल्यू बन जाती मेरी 100 गुणा वध जाती है। क्लीयर चीज़ है, ये वीडियो लैक्चर देखने का बहुत बहुत धन्यवाद, थैंक यू सो मच।